ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸਿੱਖ ਟੀਵੀ, ਮੈਂ ਸਿਮਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਖਬਰਾਂ ਦਾ ਬੁਲੇਟਿਨ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ 'ਤੇ। ਕਿਸਾਨਾਂ ਨੇ 16 ਘੰਟੇ ਰੋਜ਼ਾਨਾ ਬਿਜਲੀ ਲੈਣ ਲਈ 13 ਜ਼ਿਲ੍ਹਿਆਂ ਵਿੱਚ ਧਰਨਿਆਂ ਦੀ ਕੀਤੀ ਸ਼ੁਰੂਆਤ। ਪੰਜਾਬ ਦੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ 'ਚ 30 ਥਾਵਾਂ ਨੂੰ ਸੈਲਾਨੀ ਕੇਂਦਰਾਂ ਵਜੋਂ ਕੀਤਾ ਜਾਵੇਗਾ ਵਿਕਸਿਤ। ਬਰਗਾੜੀ ਕਾਂਡ 'ਚ ਡੇਰਾ ਪੈਰੋਕਾਰਾਂ 'ਤੇ ਉਂਗਲ ਉੱਠਣ ਮਗਰੋਂ ਡੇਰਾ ਪ੍ਰੇਮੀਆਂ ਨੇ ਵਿੱਢੀ ਲਾਮਬੰਦੀ। ਰੂਪਨਗਰ ਬੇਅਦਬੀ ਮਾਮਲੇ 'ਚ ਗੁਰਦੁਆਰੇ ਦੇ ਗ੍ਰੰਥੀ ਨੂੰ ਗ੍ਰਿਫਤਾਰ ਕੀਤੇ ਜਾਣ ਮਗਰੋਂ ਗ੍ਰੰਥੀ ਦੇ ਹੱਕ ਵਿੱਚ ਜਾਮਦੀਆਂ ਅਫਵਾਹਾਂ ਨੇ ਪੁਲਿਸ ਨੂੰ ਪਾਈਆਂ ਭਾਜੜਾਂ। ਬਰਗਾੜੀ ਬੇਅਦਬੀ ਕਾਂਡ 'ਚ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਨੂੰ ਦਿੱਤੀ ਅੰਤਿਮ ਛੋਹ। ਬੇਅਦਬੀ ਕਾਂਡ ਦੇ ਮਾਸਟਰਮਾਈਂਡ ਮਹਿੰਦਰਪਾਲ ਬਿੱਟੂ ਨੂੰ ਮੋਗਾ ਅਦਾਲਤ ਵਿੱਚ ਕੀਤਾ ਪੇਸ਼। ਜੇਲ੍ਹਾਂ ਵਿੱਚ ਬੰਦ ਕੈਦੀਆਂ ਵੱਲੋਂ ਮੋਬਾਈਲ ਫੋਨਾਂ ਦੀ ਵਰਤੋਂ ਰੋਕਣ 'ਚ ਨਾਕਾਮ ਜੇਲ੍ਹ ਅਫਸਰਾਂ ਖਿਲਾਫ਼ ਸਖ਼ਤ ਕਾਰਵਾਈ 'ਤੇ ਚੁੱਕੇ ਕਦਮ। DIG ਸਮੇਤ 14 ਦਾਗੀ ਜੇਲ੍ਹ ਅਫਸਰਾਂ ਖਿਲਾਫ਼ ਜਾਂਚ ਹੋਈ ਸ਼ੁਰੂ। ਪੰਜਾਬ ਖੇਤੀਬਾੜੀ ਵਿਕਾਸ ਬੈਂਕ ਨੂੰ ਕਰਜ਼ੇ ਦੀ ਅਗਰਾਹੀ ਨਾ ਹੋਣ ਕਾਰਨ ਮੁਸ਼ਕਲਾਂ ਦਾ ਕਰਨਾ ਪੈ ਰਿਹਾ ਹੈ ਸਾਹਮਣਾ। ਹਾਕਮ ਤੇ ਕਾਂਗਰਸ ਨਾਲ ਸੰਬੰਧਿਤ ਆਗੂ ਤੇ ਵਰਕਰਾਂ ਵੱਲੋਂ ਕਾਫੀ ਅਰਸੇ ਤੋਂ ਬੈਂਕ ਦਾ ਕਰਜ਼ਾ ਨਹੀਂ ਕੀਤਾ ਗਿਆ ਵਾਪਸ। ਚੰਡੀਗੜ੍ਹ 'ਚ ਪਹਿਲੀ ਵਾਰ ਲਾਇਆ ਜਾਵੇਗਾ ਕੌਮਾਂਤਰੀ ਫਿਲਮ ਮੇਲਾ। ਚੰਡੀਗੜ੍ਹ ਇੰਟਰਨੈਸ਼ਨਲ ਫਿਲਮ ਫੈਸਟੀਵਲ ਟਰੱਸਟ ਵੱਲੋਂ 23 ਤੋਂ 26 ਅਗਸਤ 2018 ਤੱਕ ਚਲਾਇਆ ਜਾਵੇਗਾ ਇਹ ਫਿਲਮ ਫੈਸਟੀਵਲ। ਸੰਯੁਕਤ ਰਾਸ਼ਟਰ ਨੇ ਸੀਰੀਆ 'ਚ ਘਰੇਲੂ ਯੁੱਧ ਤੋਂ ਬਾਅਦ ਘਰ ਛੱਡ ਕੇ ਜਾਣ ਵਾਲਿਆਂ ਦੀ ਪੇਸ਼ ਕੀਤੀ ਰਿਪੋਰਟ। ਇਸ ਸਾਲ ਸੀਰੀਆ 'ਚ ਹੁਣ ਤੱਕ 9 ਲੱਖ ਤੋਂ ਵੱਧ ਲੋਕਾਂ ਨੇ ਛੱਡਿਆ ਆਪਣਾ ਘਰ। 13,000 ਕਰੋੜ ਰੁਪਏ ਦੇ ਘਪਲੇ ਦਾ ਦੋਸ਼ੀ ਨੀਰਵ ਮੋਦੀ ਬ੍ਰਿਟੇਨ 'ਚ ਮੰਗ ਰਿਹਾ ਹੈ ਸ਼ਰਨ। ਭਾਰਤੀ ਅਤੇ ਬ੍ਰਿਟਿਸ਼ ਅਧਿਕਾਰੀਆਂ ਨਾਲ ਗੱਲਬਾਤ ਤੋਂ ਬਾਅਦ ਇੱਕ ਰਿਪੋਰਟ 'ਚ ਕੀਤਾ ਗਿਆ ਹੈ ਇਹ ਦਾਅਵਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਬੀਤੇ ਦਿਨ ਕਈ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਸ਼ੁਰੂ ਹੋਣ ਮਗਰੋਂ ਭਾਰਤੀ ਕਿਸਾਨ ਯੂਨੀਅਨ ਦੇ ਸੱਦੇ 'ਤੇ ਕਿਸਾਨਾਂ ਨੇ 16 ਘੰਟੇ ਰੋਜ਼ਾਨਾ ਬਿਜਲੀ ਦੀ ਮੰਗ ਨੂੰ ਲੈ ਕੇ 13 ਜ਼ਿਲ੍ਹਿਆਂ ਵਿੱਚ ਪਾਵਰਕੌਮ ਦੇ BXCN ਅਤੇ 10 STO ਦਫ਼ਤਰਾਂ ਅੱਗੇ ਵਿਸ਼ਾਲ ਧਰਨੇ ਸ਼ੁਰੂ ਕਰ ਦਿੱਤੇ ਨੇ। ਇਹਨਾਂ ਧਰਨਿਆਂ ਵਿੱਚ ਕਈ ਥਾਈਂ ਔਰਤਾਂ ਸਮੇਤ ਹਜ਼ਾਰਾਂ ਦੀ ਤਾਦਾਦ ਵਿੱਚ ਕਿਸਾਨ ਸ਼ਾਮਲ ਹੋਏ। ਜਥੇਬੰਦੀ ਦੇ ਜਨਰਲ ਸਕੱਤਰ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਧਰਨਿਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ 'ਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਹੋਰ ਕਈ ਸੀਨੀਅਰ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਕੱਲ੍ਹ ਤੋਂ ਹੀ ਪੂਰੀ ਬਿਜਲੀ ਦੇਣ ਦੀ ਮੰਗ ਉੱਤੇ ਜ਼ੋਰ ਦਿੰਦਿਆਂ ਦਾਅਵਾ ਕੀਤਾ ਕਿ ਜੇਕਰ ਪਿਛਲੇ ਮਹੀਨੇ ਕਿਸਾਨਾਂ ਵੱਲੋਂ ਪਛੇਤੇ ਝੋਨੇ ਦੀ ਖਰੀਦ ਸਮੇਂ ਨਮੀ ਦੀ ਮਾਤਰਾ ਵਧਾ ਕੇ 24% ਕਰਨ ਦੀ ਮੰਗ ਮੰਨ ਲਈ ਜਾਂਦੀ ਤਾਂ ਝੋਨਾ 20 ਜੂਨ ਤੋਂ ਲਾਇਆ ਜਾ ਸਕਦਾ ਸੀ। ਲਿਹਾਜ਼ਾ ਕਿਸਾਨਾਂ ਨੂੰ ਮਜਬੂਰਨ 10 ਜੂਨ ਤੋਂ ਝੋਨਾ ਲਾਉਣ ਲਈ ਮਜਬੂਰ ਹੋਣਾ ਪਿਆ। ਬੁਲਾਰਿਆਂ ਨੇ ਦਾਅਵਾ ਕੀਤਾ ਕਿ ਧਰਤੀ ਹੇਠਲੇ ਪਾਣੀ ਦੀ ਅਸਲੀ ਬਚਤ ਮੀਂਹਾਂ ਅਤੇ ਹੜ੍ਹਾਂ ਦੇ ਪਾਣੀ ਨੂੰ ਰੀਚਾਰਜ ਕਰਕੇ ਅਤੇ ਫੈਕਟਰੀਆਂ ਉੱਪਰ ਪ੍ਰਦੂਸ਼ਣ ਰੋਕੂ ਐਕਟ ਸਖ਼ਤੀ ਨਾਲ ਲਾਗੂ ਕਰਕੇ ਹੋ ਸਕਦੀ ਹੈ। ਪੰਜਾਬ ਦੇ ਸੈਰ ਸਪਾਟਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੂਬੇ ਵਿੱਚ 30 ਥਾਵਾਂ ਨੂੰ 590 ਕਰੋੜ ਰੁਪਏ ਦੀ ਲਾਗਤ ਨਾਲ ਸੈਲਾਨੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਵਿਭਾਗ ਵੱਲੋਂ ਇਹਨਾਂ ਥਾਵਾਂ ਨੂੰ ਸੈਲਾਨੀ ਕਦਰ ਵਜੋਂ ਵਿਕਸਿਤ ਕਰਨ ਲਈ ਵੱਖ ਵੱਖ ਸਕੀਮਾਂ ਅਧੀਨ ਪ੍ਰੋਜੈਕਟ ਉਲੀਕੇ ਗਏ ਹਨ ਅਤੇ ਇਹਨਾਂ ਦੀਆਂ ਕਾਇਆ ਕਲਪ ਕਰਨ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਵੇਗੀ। ਅੰਮ੍ਰਿਤਸਰ ਸੈਲਾਨੀ ਕੇਂਦਰਾਂ ਦਾ ਧੁਰ ਹੋਵੇਗਾ ਜਿੱਥੇ ਇਹਨਾਂ 30 ਥਾਵਾਂ ਵਿੱਚੋਂ 11 ਥਾਵਾਂ ਅੰਮ੍ਰਿਤਸਰ ਦੇ ਆਸ ਪਾਸ ਹਨ। ਸਿੱਧੂ ਨੇ ਕਿਹਾ ਕਿ ਸਾਰੇ ਪ੍ਰੋਜੈਕਟ 1 ਸਾਲ ਦੇ ਅੰਦਰ ਮੁਕੰਮਲ ਹੋ ਜਾਣਗੇ। ਇਹਨਾਂ ਥਾਵਾਂ 'ਤੇ ਸੈਲਾਨੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਲੈਂਡਸਕੇਪ, ਰੈਸਟੋਰੈਂਟ ਅਤੇ ਮੁੱਢਲੀਆਂ ਸਹੂਲਤਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇਗਾ। ਇਹਨਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਤੋਂ ਬਾਅਦ ਮਹਾਰਾਜਾ ਸਰਕਟ ਅਧੀਨ ਪੰਜਾਬ ਦੇ ਰਿਆਸਤੀ ਸ਼ਹਿਰਾਂ ਲਈ 100 ਕਰੋੜ ਰੁਪਏ ਦੇ ਹੋਰ ਪ੍ਰੋਜੈਕਟ ਰਿਪੋਰਟ ਬਣਾ ਕੇ ਭਾਰਤ ਸਰਕਾਰ ਨੂੰ ਭੇਜੀ ਜਾਵੇਗੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਿਤ ਬਰਗਾੜੀ ਕਾਂਡ ਨੂੰ ਲੈ ਕੇ ਡੇਰਾ ਪੈਰੋਕਾਰਾਂ 'ਤੇ ਉਂਗਲ ਉੱਠਣ ਮਗਰੋਂ ਡੇਰਾ ਪ੍ਰੇਮੀ ਮੁੜ ਲਾਮਬੰਦ ਹੋਣ ਲੱਗੇ ਨੇ। ਅਜਿਹੀ ਕੜੀ ਵਜੋਂ ਡੇਰਾ ਸਿਰਸਾ ਨਾਲ ਜੁੜੇ ਸ਼ਰਧਾਲੂਆਂ ਦੇ ਵਫਦਾਂ ਵੱਲੋਂ ਪੰਜਾਬ ਭਰ ਵਿੱਚ ਮੁੱਖ ਮੰਤਰੀ ਅਤੇ ਰਾਜਪਾਲ ਪੰਜਾਬ ਦੇ ਨਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪੇ ਗਏ। ਪਟਿਆਲਾ ਵਿੱਚ ਵੀ ਡੇਰਾ ਪ੍ਰੇਮੀਆਂ ਦੇ ਇੱਕ ਵਫਦ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਅਤੇ ਮੰਗ ਕੀਤੀ ਕਿ ਡੇਰਾ ਪ੍ਰੇਮੀਆਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਬੰਦ ਕੀਤਾ ਜਾਵੇ। ਉਹਨਾਂ ਕੋਟਕਪੁਰਾ ਦੇ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਅਤੇ ਹੋਰਨਾਂ ਸੇਵਾਦਾਰਾਂ ਨੂੰ ਬਿਨਾਂ ਕਾਰਨ ਪਰੇਸ਼ਾਨ ਨਾ ਕਰਨ ਦੀ ਵੀ ਮੰਗ ਕੀਤੀ। ਡੇਰਾ ਪ੍ਰੇਮੀਆਂ ਨੇ ਇਹ ਚੇਤਾਵਨੀ ਦਿੱਤੀ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਹ ਸੰਘਰਸ਼ ਕਰਨਗੇ। ਡੇਰਾ ਪ੍ਰੇਮੀਆਂ ਦਾ ਕਹਿਣਾ ਹੈ ਕਿ ਪੁਲਿਸ ਵਧੀਕੀ 'ਤੇ ਉਤਰ ਆਈ ਹੈ ਅਤੇ ਜਬਰੀ ਹੀ ਬੇਅਦਬੀ ਦੀ ਘਟਨਾ ਨੂੰ ਡੇਰਾ ਪੈਰੋਕਾਰਾਂ 'ਤੇ ਮੜਨ ਲੱਗੀ ਹੈ। ਅਜਿਹੀ ਬੇਇਨਸਾਫ਼ੀ ਕਾਰਨ ਆਪਣੇ ਹਿੱਤਾਂ ਲਈ ਡੇਰਾ ਪੈਰੋਕਾਰ ਲਾਮਬੰਦ ਹੋਣ ਲੱਗੇ ਹਨ। ਰੂਪਨਗਰ ਦੇ ਪਿੰਡ ਟੰਗੋਲੀ 'ਚ ਵਾਪਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਗ੍ਰੰਥੀ ਦੀ ਗ੍ਰਿਫਤਾਰੀ ਤੋਂ ਬਾਅਦ ਸਰਪੰਚ ਅਤੇ ਉਹਨਾਂ ਦੀ ਟੀਮ ਵੱਲੋਂ ਪਿੰਡ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਉੱਥੇ ਹੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਗ੍ਰੰਥੀ ਦੇ ਹੱਕ ਵਿੱਚ ਜਾਮ ਲਾਉਣ ਦੀਆਂ ਅਫਵਾਹਾਂ ਨੇ ਸਾਰਾ ਦਿਨ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਭਾਜੜਾ ਪਾਈ ਰੱਖੀਆਂ। ਸਰਪੰਚ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਪ੍ਰਬੰਧਕਾਂ ਨਾਲ SDM ਅਤੇ DSP ਰਾਹੀਂ ਸੰਪਰਕ ਕਾਇਮ ਕਰਕੇ ਉਹਨਾਂ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ 'ਚ ਲੱਗਿਆ ਨਿਸ਼ਾਨ ਸਾਹਿਬ ਪੁਰਾਣੇ ਗੁਰਦੁਆਰੇ 'ਚ ਤਬਦੀਲ ਕਰਨ ਲਈ ਰਾਜ਼ੀ ਕਰ ਲਿਆ ਤਾਂ ਜੋ ਪਿੰਡ ਵਿੱਚ ਜਾਤ ਪਾਤ ਦਾ ਰੇੜਕਾ ਖਤਮ ਕਰਕੇ ਆਪਸੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕੀਤਾ ਜਾ ਸਕੇ।
समूह पिंड वासियां ने मीटिंग करके गुरुद्वारे के ग्रंथी जगतार सिंह के बेकसूर होने की गल मुड़ दोहराया और उसके असल दोषी साबित होने तक कानूनी तरीके नाल उसका डट के साथ देने का प्रण किया। एकत्र होए पिंड वासियां ते इलाके दे मोहतबरां ने पत्रकारां नाल गलबात दौरान कहा कि पिंड दे किसी भी व्यक्ति जां किसी बाहरी धिर नूं पिंड दा माहौल खराब करन दी आग्या नहीं दित्ती जावेगी ते किसी भी गल दा फैसला पिंड दे समूह वसनीक मिलके करनगे। इह सन हुण तक दीआं खबरां। अखीर विच मुड़ नज़र मारदे हां न्यूज़ हैडलाइंस ते। किसानां ने 16 घंटे रोज़ाना बिजली लैण लई 13 ज़िलियां विच धरनिआं दी कीती शुरुआत। पंजाब दे सैर सपाटा मंत्री नवजोत सिंह सिद्धू ने कहा कि पंजाब च 30 थावां नूं सैलानी केंद्रां वजों कीता जावेगा विकसित। बरगाड़ी कांच डेरा पैरोकारां ते उंगल उठण मगरों डेरा प्रेमियां ने विधी लामबंदी। रूपनगर बेअदबी मामले च गुरुद्वारे दे ग्रंथी नूं गिरफ्तार कीते जाण मगरों ग्रंथी दे हक विच जाम दीआं अफवाहां ने पुलिस नूं पाईआं भाजड़ां। बरगाड़ी बेअदबी कांच पंजाब पुलिस दी विशेष जांच टीम ने जांच नूं दित्ती अंतिम छो। बेअदबी कांच दे मास्टरमाइंड महिंदरपाल बिट्टू नूं मोगा अदालत विच कीता पेश। जेलों विच बंद कैदियों वल्लों मोबाइल फोनों की वरतों रोकण च नाकाम जेल अफसरां खिलाफ सख्त कार्रवाई ते चुके कदम। DIG समेत 14 दागी जेल अफसरां खिलाफ जांच हुई शुरू। पंजाब खेतीबाड़ी विकास बैंक नूं कर्जे की अगुराही ना होण कारण मुश्किलां दा करना पै रिहा है सामना। हाकम तीर कांग्रेस नाल संबंधित आगू ते वर्करां वल्लों काफ़ी अरसे तो बैंक का कर्जा नहीं किया गया वापस। चंडीगढ़ च पहली बार लाया जाएगा कौमांतरी फिल्म मेला। चंडीगढ़ इंटरनेशनल फिल्म फैसटिवल ट्रस्ट वालों 23 तो 26 अगस्त 2018 तक चलाया जाएगा यह फिल्म फैसटिवल। संयुक्त राष्ट्र ने सीरिया च घरेलू युद्ध तो बाद घर छड़ के जाण वालों की पेश की रिपोर्ट। इस साल सीरिया च हुण तक 9 लाख तो वध लोगों ने छड़े अपना घर। 13,000 करोड़ रुपए के घपले का दोषी नीरव मोदी ब्रिटेन च मंग रहा है शरण। भारतीय ते ब्रिटिश अधिकारियों नाल गलबात तो बाद एक रिपोर्ट च किया गया है यह दावा। अज के पंजाबी बुलेटिन के विच एना ही। तुसी वेखदे रहो सिक टीवी ते हुण मैनू दिओ इजाजत। धन्यवाद।